ਅਮਰੀਕ ਸਰ ਪਏ ਤੇ ਅਮਰੀਕ ਸਰ ਦੇ ਲੋਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ 20 ਤਰੀਕ ਨੇੜੇ ਆ ਰਹੀ ਹੈ ਚੋਸੇ ਉਸੇ ਚੋਣ ਪ੍ਰਚਾਰ ਦੇ ਤਰੀਕੇ ਵੀ ਬਦਲੇ ਜਾ ਰਹੇ ਨੇ ਅਸੀਂ ਇਸ ਟਾਈਮ ਖੜੇ ਆਂ ਕੁਵਰ ਵਿਜੇ ਪ੍ਰਤਾਪ ਦੇ ਆਫਿਸ ਦੇ ਬਾਹਰ ਜਿੱਥੇ ਇੱਕ ਜਿਹੜੀ ਹੈ ਵੈਨ OBC ਵੈਨ ਜਿਹਨੂੰ ਕਿਹਾ ਜਾਂਦਾ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਹ ਵੈਨ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਇਸ ਵਾਰ ਜਿਹੜਾ ਇਲੈਕਸ਼ਨ ਦਾ ਤਰੀਕਾ ਬਦਲ ਗਿਆ ਹੈ ਉਹ ਇਲੈਕਸ਼ਨ ਦਾ ਤਰੀਕਾ ਬਦਲ ਗਿਆ ਜਿਹੜੇ ਲੋਕ ਨੇ ਉਹਨਾਂ ਨੂੰ ਰੈਲੀਆਂ ਕਰਨ ਦੀ ਪਰਮਿਸ਼ਨ ਨਹੀਂ ਮਿਲ ਰਹੀ ਹਰ ਤਰੀਕੇ ਦੇ ਨਾਲ ਜਿਹੜਾ ਲੋਕਾਂ ਤੱਕ ਪਹੁੰਚਿਆ ਜਾ ਰਿਹਾ ਚਾਹੇ ਮੀਡੀਆ ਦੀ ਗੱਲ ਹੋਵੇ ਚਾਹੇ ਸੋਸ਼ਲ ਮੀਡੀਆ ਦੀ ਗੱਲ ਹੋਵੇ ਚਾਹੇ ਕਿਸੇ ਤਰ੍ਹਾਂ ਵੀ ਲੋਕਾਂ ਤੱਕ ਵੋਟਰਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਉਸ ਅਪਰੋਚ ਨੂੰ ਲੈ ਕੇ ਜਿਹੜੀ ਇੱਕ ਵੈਲ ਨੇ ਇਹਨਾਂ ਨੇ ਸ਼ੁਰੂ ਕੀਤੀ ਹੈ ਤੇ ਉਹਨਾਂ ਦੇ ਸਮਰਥਕ ਵੀ ਖੜੇ ਆ ਸਮਰਥਕਾਂ ਵੀ ਗੱਲ ਕਰਾਂਗੇ ਜੇ ਗੱਲ ਕੀਤੀ ਜਾਏ ਸਰਕਾਰਾਂ ਵੱਲੋਂ ਪਾਬੰਦੀਆਂ ਲਗਾਈਆਂ ਕਿ ਕੋਵਿਡ ਨੂੰ ਲੈ ਕੇ ਤੇ ਕੈਂਡੀਡੇਟ ਹਰ ਵਾਰ ਨਵੇਂ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਤੇ ਲੱਗਦਾ ਹੈ ਕਿ ਲੋਕਾਂ ਤੱਕ ਆਪਣੀ ਤੁਹਾਡੀ ਗੱਲ ਪਹੁੰਚ ਪਾਰੀ ਕਿਉਂਕਿ ਬਹੁਤ ਜੇ ਗੱਲ ਕੀਤੀ ਜੇ ਸਮਾਂ ਜਿਹੜਾ ਘੱਟ ਰਿਹਾ ਗਿਆ ਇਲੈਕਸ਼ਨਾਂ ਨੂੰ ਦੇਖੋ ਪਹਿਲੇ ਤੇ ਮੈਂ ਚੈਨਲ ਦੇ ਵਿੱਚ ਆਪਣਾ ਜਕਾਰਾ ਤੇ ਫਤਿਹ ਸਾਂਝੀ ਕਰਦਾ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਵਾਜ਼ ਲੋਕਾਂ ਦੇ ਦਿਲਾਂ ਤੱਕ ਪਹੁੰਚਦੀ ਪਈ ਦੀ ਗੱਲ ਨਹੀਂ ਹੈ ਜੀ ਇਹ ਆਵਾਜ਼ ਪਹੁੰਚ ਚੁੱਕੀ ਹੈ ਔਰ ਇਹ ਆਵਾਜ਼ ਇਹੋ ਜੀ ਦਸਤਕ ਦੇ ਚੁੱਕੀ ਹੈ ਇਹਨਾਂ ਦੇ ਦਿਲ ਛੱਡ ਕੇ ਇਹਨਾਂ ਦੀ ਰੂਹ ਤੱਕ ਕੀ ਵਿਰੋਧੀਆਂ ਦੇ ਵਿੱਚ ਖਲਬਲੀ ਮਚੀ ਹੈ ਕਬਰਾਹਟ ਮਚੀ ਹੈ ਕਿ ਆਮ ਆਦਮੀ ਪਾਰਟੀ ਦਾ ਜੋ ਕਿਰਦਾਰ ਸਾਡੇ ਵੱਡੇ ਭਰਾ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੇ ਆਉਣ ਤੋਂ ਬਾਅਦ ਅਮਰਸਰ ਸ਼ਹਿਰ ਪੂਰੇ ਮਾਜਾ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਜਿੰਨਾ ਲੋਕਾਂ ਦੇ ਵਿੱਚ ਜਨੂਨ ਤੇ ਵਿਸ਼ਵਾਸ ਆਇਆ ਹੈ ਕਿ ਅਗਰ ਇਹੋ ਜਿਹੇ ਸ਼ਖਸ ਜੋ ਆਪਣੀ 9 ਸਾਲ ਦੀ ਨੌਕਰੀ ਛੱਡ ਕੇ ਐਡੇ ਉੱਚੀ ਪਦਵੀ ਆਈਜੀ ਰੈਂਕ ਤੋਂ ਅਸਤੀਫਾ ਦੇ ਕੇ ਪੰਜਾਬ ਸਧਾਰਨ ਨੂੰ ਨਿਕਲਿਆ ਮੁਲਕ ਸੁਧਾਰਨੋਂ ਨਿਕਲਿਆ ਔਰ ਪੰਜਾਬ ਸੁਧਾਰ ਤੋਂ ਬਾਹਰ ਹਿੰਦੁਸਤਾਨ ਦੀ ਸੁਧਾਰ ਲਹਿਰ ਦੇ ਵਿੱਚ ਇਸ ਬੰਦੇ ਨੇ ਅੱਗੇ ਜਾਣਾ ਤੇ ਇਹ ਜ਼ਰੂਰ ਪੰਜਾਬ ਦੇ ਵਿੱਚ ਸੁਧਾਰ ਲਿਆਏਗਾ ਔਰ ਸਾਡੀ ਮਨੋਦਸ਼ਾ ਆਰਥਿਕ ਦਸ਼ਾ ਸੁਧਾਰ ਲਿਆਏਗਾ ਦੂਸਰੇ ਪਾਸੇ ਗੱਲ ਕੀਤੀ ਜਾਏ ਟੀਕਾ 9 ਸਾਲ ਦੀ ਨੌਕਰੀ ਛੱਡੀ ਦੂਸਰੇ ਪਾਸੇ ਜੇ ਅਮਰੀਕ ਸਰ ਦੀ ਸਿਆਸਤ ਦੀ ਗੱਲ ਕਰੀਏ ਨਾਰਥੀ ਸੀਟ ਜਿਹੜੀ ਹੈ ਬੜੀ ਚਰਚਾ ਵਿੱਚ ਸੀ ਪਲ ਕੱਲ ਰਾਤ ਦਾ ਜਿਹੜਾ ਵਿਕਰਮਜੀਠਿਆ ਵੀ ਅਮਰੀਕ ਸਰ ਇਸ ਤੋਂ ਆ ਚੁੱਕੇ ਨੇ ਅਮਰੀਕ ਸਰ ਤੋਂ ਵਿਕਰਮਜੀਠਿਆ ਇਲੈਕਸ਼ਨ ਲੜ ਰਹੇ ਨੇ ਲੱਗਦਾ ਨਹੀਂ ਕਿ ਸਾਰੀਆਂ ਸੀਟਾਂ ਤੇ ਪ੍ਰਭਾਵ ਪਏਗਾ ਇਸ ਗੱਲ ਦਾ ਵੀ ਭਜੀ ਪ੍ਰਭਾਵ ਤਾਂ ਪੈਂਦਾ ਵਾ ਜੇ ਬੰਦੇ ਦਾ ਆਪਣਾ ਪ੍ਰਭਾਵ ਹੋਵੇ ਤੇ ਠੀਕ ਹੈ ਜੀ ਉਹਨਾਂ ਦਾ ਆਪਣਾ ਕਿਰਦਾਰ ਤੇ ਆਪਣਾ ਪ੍ਰਭਾਵ ਕੀ ਹੈ ਪਹਿਲਾਂ ਇਹ ਤੇ ਦੇਖੋ ਲੋਕਾਂ ਨੂੰ ਜਾ ਕੇ ਪੁੱਛੋ ਉਹ ਕਹਿੰਦੇ ਮਾਜੇ ਦੇ ਜਰਨਲ ਆ ਗਿਆ ਹੈ ਪੱਜ ਸਿੱਧੂ ਪੱਜ ਬਿਕਰਮ ਆਇਆ ਲਗਾਤਾਰ ਨਾਰੇ ਲੱਗ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜੀ ਹੁਣ ਅੰਮ੍ਰਿਤਸਰ ਈਸਟ ਦੀ ਸੀਟ ਹੈ ਇੱਥੇ ਲਗਾਤਾਰ ਜਿਹੜਾ ਹੈਗਾ ਕਿ ਜਿਹੜੀ ਹੋਟ ਸੀਟ ਨਹੀਂ ਜਾਏਗੀ ਬਿਕਰਮ ਜੀਠਿਆ ਅੰਮ੍ਰਿਤਸਰ ਈਸਟ ਤੋਂ ਲੜ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਸਮਰਥਕ ਕਹਿ ਰਹੇ ਨੇ ਜੇ ਸਿੱਧੂ ਸਾਹਿਬ ਦੇ ਧਾਮੇ ਤੂੰ ਮਜੀਠੇ ਜਾ ਕੇ ਲੈਣਾ ਉਹਦਾ ਇਫੈਕਟ ਕਿੰਨਾ ਕਿੰਨਾ ਜੇ ਅੰਮ੍ਰਿਤਸਰ ਨਾਰਥ ਦੀ ਗੱਲ ਕਰੀਏ ਯਸ ਜੇ ਅੰਮ੍ਰਿਤਸਰ ਸਾਉਥ ਦੀ ਗੱਲ ਕਰੀਏ ਦੋਨੇ ਸੀਟਾਂ ਆਪਸ ਵਿੱਚ ਮੇਲ ਖਾਂਦੀਆਂ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਭਾ ਇਹਨਾਂ ਨੂੰ ਕਿਸੇ ਏਜੰਸੀ ਨੇ ਖਿਤਾਬ ਦਿੱਤਾ ਇਹਨਾਂ ਨੂੰ ਸੈਂਟਰ ਤੋਂ ਪਦਵੀ ਆਈ ਹੈ ਕਿ ਪੰਜਾਬ ਸਰਕਾਰ ਨੇ ਕੋਈ ਸਰਟੀਫਿਕੇਟ ਇਸ਼ੂ ਕੀਤਾ ਆ ਵੀ ਇਹ ਮਾਝੇ ਦਾ ਜਰਨਲ ਆ ਮਾਝੇ ਦਾ ਜਰਨਲ ਕਹਿਣ ਵਾਲੇ ਇਹਨੂੰ ਇਹਦੇ ਚਾਪਲੂਸ ਤੇ ਇਹਦੇ ਚਮਚੇ ਹੀ ਨੇ ਤੇ ਚਮਚੇ ਜੋ ਮਰਜ਼ੀ ਕਹਿ ਦੇਣ ਚਮਚੇ ਦਾ ਕੰਮ ਹੁੰਦਾ ਉਹ ਜਿੱਥੇ ਵੀ ਜਾਵੇ ਨਾ ਉਹ ਜੇ ਪਲੇਟ 'ਚ ਪੈ ਜੇ ਤੇ ਪਲੇਟ ਸਾਫ਼ ਕਰ ਦਿੰਦਾ ਅਸੀਂ ਚਮਚਿਆਂ ਦੇ ਕਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਸੇ ਵੀ ਸੀਟ ਤੇ ਕਿਸੇ ਵੀ ਸੀਟ ਤੇ ਇਹਨਾਂ ਦਾ ਕੋਈ ਇਫੈਕਟ ਚੰਗਾ ਨਹੀਂ ਪੈਣਾ ਲੋਕ ਜਾਣਦੇ ਆ ਵੀ ਇਹ 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 ਡਰੱਗ ਮਾਫੀਆ ਰਹੇ ਨੇ ਇਹਨਾਂ ਦੀਆਂ ਹੁਣੇ ਜਮਾਨਤਾਂ ਦੀਆਂ ਗੱਲਾਂ ਹੋਣ ਡੀਆਂ ਨੇ ਹਜੇ ਕੇਸ ਦਾ ਨਤਾਰਾ ਨਹੀਂ ਹੋਇਆ ਸਾਡੀ ਸਰਕਾਰ ਆ ਲੈਣ ਦਿਓ ਅਸਲੀਅਤ ਅਸੀਂ ਬਾਹਰ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਅਸਲੀਅਤ ਕੀ ਸੀ ਤੇ ਕੀ ਹੈ ਠੀਕ ਹੈ ਕਿ ਇਹਨਾਂ ਦਾ ਕੋਈ ਪ੍ਰਭਾਵ ਨਹੀਂਗਾ ਦੂਸਰੇ ਪਾਸੇ ਵਾਇਰਲ ਵੀਡੀਓ ਆ ਰਹੀਆਂ ਲਗਾਤਾਰ ਵਾਇਰਲ ਵੀਡੀਓਆਂ ਨੇ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੁਵਰ ਸਾਹਿਬ ਜੇ ਉਸ ਮੀਟਿੰਗ 'ਚ ਆਏ ਇੱਕਵਰ ਵੀਜੇ ਪ੍ਰਤਾਪ ਤੇ ਉਹ ਉਸ ਤੇ ਇੱਕ ਜਿਹੜਾ ਬਜ਼ੁਰਗ ਆਦਮੀ ਉਹਦੇ ਨਾਲ ਬਦਤਮੀਜ਼ੀ ਕੀਤੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੈ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਪਰ ਪਹਿਲਾਂ ਇਸ ਬਜ਼ੁਰਗ ਦੀ ਵੀਡੀਓ ਦੇ ਗੱਲ ਕਰ ਲਾਂ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਆ ਰਿਹਾ ਹੈ ਕਿ ਜੇ ਇੱਕ ਕੁਵਰ ਵੀਜੇ ਪ੍ਰਤਾਪ ਆਈਜੀ ਸੀ ਤੇ ਉਹ ਆਪਣੀ ਅਫਸਰ ਗਰੀ ਦੇ ਨਾਲ ਲੋਕਾਂ ਦੇ ਨਾਲ ਬਦਤਮੀਜ਼ੀ ਕਰ ਰਹੇ ਨੇ ਦੇਖੋ ਮੈਂ ਤੇ ਇਹ ਗੱਲ ਕਵਾਂਗਾ ਜੀ ਕਿ ਅਸ਼ੋਕ ਗੁਪਤਾ ਜੀ ਨਾ ਆਇਆ ਉਹਨਾਂ ਦਾ ਦਇਆਨੰਦ ਨਗਰ ਦੇ ਵਿੱਚ ਮੀਟਿੰਗ 'ਚ ਆਪਾਂ ਗਏ ਉੱਥੇ ਮੌਜੂਦ ਸੀ ਸਾਡੇ ਬੜੇ ਹੀ ਸਤਕਾਰ ਤੇ ਮਾਨਯੋਗ ਵੋਟਰ ਨੇ ਸਾਡੇ ਸਪੋਰਟਰ ਵੀ ਨੇ ਅਸੀਂ ਜਾਂਦੇ ਆ ਵੀ ਉਹਨਾਂ ਦੇ ਗੋਡੀ ਹੱਥ ਲਾਇਆ ਚਰਨਛਪਰਛ ਕੀਤੇ ਤੇ ਵਾਪਸੀ ਤੇ ਵੀ ਲਾਇਆ ਤੇ ਗੈਟ ਆਊਟ ਹੋਣ ਕਹਿਣ ਵਾਲੀ ਜੋ ਉਹਨਾਂ ਨੇ ਵੀਡੀਓ ਮੈਂ ਵੀ ਸੁਣੀ ਹੈ ਵੀ ਜਿਹੜਾ ਕਿਹਾ ਕੁਮਰ ਸਾਹਿਬ ਨੇ ਮੈਨੂੰ ਗੈਟ ਆਊਟ ਕਿਹਾ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਦਾਯਾਨੰਦ ਸੁਸਾਇਟੀ ਦਾ ਜਨਰਲ ਸੈਕਟਰੀ ਕਿਹਾ ਕਿ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਉੱਥੇ ਪਹੁੰਚਿਆ ਇਟ ਮੀਨਸ ਕਿ ਦਾਯਾਨੰਦ ਨਗਰ ਦੀ ਪੂਰੀ ਸੁਸਾਇਟੀ ਉੱਥੇ ਅਵੇਲੇਬਲ ਹੋਊਗੀ ਤਾਂ ਹੀ ਜਨਰਲ ਸੈਕਟਰੀ ਸਾਹਿਬ ਪਹੁੰਚੇ ਤੁਸੀਂ ਸੁਸਾਇਟੀ ਮੈਂਬਰਾਂ ਨਾਲ ਗੱਲ ਕਰ ਲਓ ਇਲਾਕੇ ਦੇ ਪ੍ਰਧਾਨ ਵਾਈਸ ਪ੍ਰਧਾਨ ਜੋ ਵੀ ਡੈਜ਼ਿਗਨੇਸ਼ਨ ਆ ਉੱਥੇ ਹੋਣਗੇ ਆ ਉੱਥੇ ਤੁਸੀਂ ਗੱਲ ਕਰ ਸਕਦੇ ਹੋ ਕੀ ਇਦਾਂ ਦਾ ਕੋਈ ਇਸ਼ੂ ਕ੍ਰੀਏਟ ਹੋਇਆ ਅਸੀਂ ਤਾਂ ਜਾਂਦੇ ਆਂ ਵੀ ਗੋਡੀ ਹਥ ਲਾਇਆ ਆਉਂਦੇ ਆਂ ਵੀ ਗੋਡੀ ਹਥ ਲਾਇਆ ਇਹ ਸਾਡੇ ਬੜੇ ਮਾਨਯੋਗ ਨੇ ਪਰ ਪਰ ਜਾਣ ਤੋਂ ਬਾਅਦ ਉਹਨਾਂ ਨੇ ਕਿ ਵੀਡੀਓ ਰਿਲੀਜ਼ ਕਰਤੀ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਨਾਲ ਗੱਲ ਕਰਨ ਦਾ ਤਰੀਕਾ ਸੀ ਮੈਂ ਉੱਥੇ ਉਧਾਦਾਰਾਂ ਮੈਂ ਉਧੇਦਾਰ ਵੱਲੋਂ ਪਹੁੰਚਿਆ ਔਰ ਮੇਰੇ ਨਾਲ ਬਤਮੀਜੀ ਕੀਤੀ ਗਈ ਮੈਨੂੰ ਬਜ਼ੁਰਗ ਹੋਣ ਦਾ ਵੀ ਜਿਹੜਾ ਸਨਮਾਨ ਨਹੀਂ ਮਿਲਿਆ ਤੁਹਾਨੂੰ ਲੱਗਦਾ ਕਿ ਇਹ ਗੱਲ ਇਹ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਸੋਸ਼ਲ ਮੀਡੀਆ ਤੇ ਦੂਸਰੀ ਗੱਲ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਵੇਖੋ ਜੀ ਘਟਨਾ ਦਾ ਤੇ ਮਤਲਬ ਹੀ ਕੋਈ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਜਵਾਬ ਦਿੱਤਾ ਸੀ ਜਾਂਦੇ ਆ ਵੀ ਗੋਡੀ ਹੱਥ ਲਾਇਆ ਤੇ ਆਉਂਦੇ ਆ ਵੀ ਗੋਡੀ ਹੱਥ ਲਾਇਆ ਨਮਸਕਾਰ ਕੀਤਾ ਇੱਜ਼ਤ ਕੀਤੀ ਕੋਈ ਗੱਲ ਹੋਈ ਨਹੀਂ ਸਾਹਿਬ ਕੁਮਰ ਵਿਜੇ ਪ੍ਰਤਾਪ ਸਿੰਘ ਫੇਰ ਮੈਨੂੰ ਕਹਿਣਾ ਪੈ ਰਿਹਾ ਡਬਲ ਪੀ ਐਚ ਡੀ ਸੈਕੰਡ ਪੀ ਐਸ ਡੀ ਜਾਰੀ ਹੈ ਡਿਗਰੀਆਂ ਦੀ ਉਹਨਾਂ ਨੇ ਗੱਲ ਕੀਤੀ ਇਹ ਡਿਗਰੀਆਂ ਬੰਦੇ ਨੂੰ ਐਟੀਕੀਟ ਸਿਖਾਉਂਦੀਆਂ ਇਹ ਸਾਡੇ ਬਜ਼ੁਰਗ ਨੇ ਪਰ ਤੁਸੀਂ ਵੀਡੀਓ ਦੀ ਗੱਲ ਕੀਤੀ ਜੋ ਉਹਨਾਂ ਨੇ ਬਣਾਈ ਇੱਕ ਵਾਰ ਉਸ ਵੀਡੀਓ ਨੂੰ ਮੈਂ ਤੁਹਾਨੂੰ ਸੈਂਡ ਕਰਦਾ ਨਹੀਂ ਤੇ ਤੁਸੀਂ ਆਪ ਵੇਖ ਲਓ ਵੀਡੀਓ ਦੇ ਅਸੀਂ ਅਸੀਂ ਦੇਖੀਏ ਤੇ ਇਸ ਇਸੇ ਲਈ ਤੇ ਗੱਲ ਕਰ ਲੈਣ ਦੇ ਆ ਅਸੀਂ ਵੀਡੀਓ ਵੇਖੀਏ ਤੇ ਗੱਲ ਕਰ ਰਹੇ ਆ ਉੱਥੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਤੇ ਅਲੀਗੇਸ਼ਨ ਲਾਏ ਨੇ ਵੀਰ ਜੀ ਮੈਨੂੰ ਗੱਲ ਮੇਰੀ ਦਾ ਜਵਾਬ ਲੈ ਲਓ ਫਿਰ ਅਗਲਾ ਸਵਾਲ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਵੇਖਿਆ ਲੇਕਿਨ ਚੰਗੀ ਤਰ੍ਹਾਂ ਨਹੀਂ ਵੇਖਿਆ ਉਸ ਵੀਡੀਓ ਦੇ ਵਿੱਚ ਦੋ ਟੇਕ ਲਏ ਗਏ ਆ 1 ਮਿੰਟ 20 ਸਕਿੰਟ ਦੀ ਵੀਡੀਓ ਦੇ ਵਿੱਚ ਦੋ ਟੇਕ ਲਏ ਗਏ ਮਤਲਬ ਕੀ ਸਕ੍ਰਿਪਟ ਤਿਆਰ ਕਰਕੇ ਬੁਲਾਇਆ ਗਿਆ ਜਿੰਨਾ ਕਿ ਯਾਦ ਰਹਾ ਬੋਲ ਗਏ ਦੁਬਾਰਾ ਫਿਰ ਉਹਨੂੰ ਕੱਟ ਕਰਕੇ ਦੁਬਾਰਾ ਫਿਰ ਐਡਿਟ ਕਰਕੇ ਵੀਡੀਓ ਬਣਾਈ ਗਈ ਇਹ ਕਿਉਂ ਕੀਤਾ ਕਿਉਂ ਨਹੀਂ ਕੀਤਾ ਮੈਂ ਨਹੀਂ ਜਾਣਦਾ ਪਰ ਮੈਂ ਇੱਕ ਤੁਹਾਡੀ ਜਾਣਕਾਰੀ ਦਾ ਵਾਅਦਾ ਕਰਾਂ ਇਹ ਸਾਡੇ ਮਾਨਯੋਗ ਸ਼ੋ ਗੁਪਤਾ ਜੀ ਬਖਸ਼ੀ ਰਾਮ ਅਰੋੜਾ ਜੀ ਭਾਜਪਾ ਦੇ ਜਿਹੜੇ ਮੇਅਰ ਰਹੇ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦੇ ਸਲਾਹਕਾਰ ਸੀ ਉਹਨਾਂ ਦੀ ਗੱਡੀ 'ਚ ਹੀ ਰਹਿੰਦੇ ਸੀ ਭਾਜਪਾ ਮਾਈਂਡ ਦੇ ਪਰਸਨ ਨੇ ਕਿੰਨੇ ਇਹਨਾਂ ਨੂੰ ਗੁੰਮਰਾਹ ਕਰਕੇ ਸਾਡੇ ਖਿਲਾਫ ਵਰਗਲਾ ਕੇ ਇਹ ਵੀਡੀਓ ਪਾਈ ਹੈ ਅਗਰ ਤੁਸੀਂ ਵੀਡੀਓ ਨੂੰ ਓਪਨ ਕਰੋ ਤੇ ਜਿੰਨਾਂ ਜਿੰਨਾਂ ਨੂੰ ਟੈਗ ਕੀਤੀ ਹੈ ਅਮਨ ਐਰੀ ਹੈ ਜਾਂ ਜਿਹੜਾ ਵੀ ਹੈਗਾ ਸਾਰੇ ਬੀਜੇਪੀ ਕਾਲੀ ਮਾਈਂਡਡ ਬੰਦਿਆਂ ਨੂੰ ਟੈਗ ਕੀਤੀ ਇਟ ਮੀਨਸ ਕਿ ਇਹਨਾਂ ਨੂੰ ਸਾਡੇ ਖਿਲਾਫ ਸਿਰਫ ਪੜਕਾਇਆ ਗਿਆ ਅਗਰ ਇਹ ਸਾਡੀ ਮੀਟਿੰਗ 'ਚ ਆਏ ਨੇ ਤੇ ਸਾਨੂੰ ਸਮਰਥਨ ਦੇਣ ਵਾਸਤੇ ਆਏ ਲੇਕੇ ਇਹਨਾਂ ਨੂੰ ਖਰਾਬ ਕੀਤਾ ਤੁਹਾਡੇ ਕੋ ਵੀ ਤਾਂ ਮੀਟਿੰਗ ਦੀਆਂ ਤਸਵੀਰਾਂ ਆਣੀਆਂ ਤੁਹਾਡੇ ਕੋ ਵੀ ਤਾਂ ਮੀਟਿੰਗ ਦੇ ਪਲ ਹੋਣਗੇ ਉੱਥੇ ਕਿ ਸੁਸਾਇਟੀ ਦੇ ਲੋਕ ਹੋਣਗੇ ਹਜੇ ਤੱਕ ਕਾਊਂਟਰ ਤੇ ਨਹੀਂ ਕੀਤਾ ਕਿਸੇ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗੱਲ ਹੈਗੀ ਦੂਸਰੀ ਗੱਲ ਤੁਸੀਂ ਕਹੀ ਕਿ ਭਾਜਪਾ ਦੇ ਬੰਦੇ ਸੀ ਇਹ ਭਾਜਪਾ ਦੇ ਨਾਲ ਸੀ ਪਰ ਜਿਨ੍ਹਾਂ ਦੀ ਤੁਸੀਂ ਅੱਜ ਨਾ ਲੈ ਰਹੇ ਹੋ ਸਾਰੇ ਅਕਾਲੀ ਦਲ ਚ ਹੈਗੇ ਨੇ ਇਹਦਾ ਮਤਲਬ ਭਾਜਪਾ ਅਕਾਲੀ ਦਲ ਮਿਲ ਕੇ ਇਲੈਕਸ਼ਨ ਲੜ ਰਹੀ ਹੈ ਭਾਜੀ ਇਹ ਤਾਂ ਜਗ ਜाहिर ਆ ਇਹ ਤਾਂ ਸਾਰਿਆਂ ਨੂੰ ਪਤਾ ਹੈ ਜੇ ਕੁਮਰ ਸਾਹਿਬ ਨੇ ਛੱਡੀ ਹੈ ਸਿਆਸਤ ਤੇ ਕਾਲੀ ਦਲ ਕਾਂਗਰਸ ਭਾਜਪਾ ਤੇ ਬੋ ਇਨਾਂ 'ਚ ਕੋਈ ਫਰਕ ਨਹੀਂ ਹੈ ਇਹਨਾਂ ਦਾ ਇੱਕੋ ਹੀ ਮੋਟਿਵ ਬਣਿਆ ਆ ਆਪਦੇ ਆਉਂਦੇ ਵਿਜੇ ਰਤ ਨੂੰ ਪੰਜਾਬ ਦੇ ਵਿੱਚ ਰੋਕਿਆ ਕਿਵੇਂ ਜਾਵੇ ਸੋ ਮੇਰੀ ਗੱਲ ਸੁਣੋ ਇਹਨਾਂ ਦੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕੋਈ ਕਬਜ਼ੇ ਦਾ ਕੇਸ ਨਹੀਂ ਕੋਈ ਫਰਾਡ ਦਾ ਕੇਸ ਨਹੀਂ ਕੋਈ ਮਨੀ ਲਾਂਡਰਿੰਗ ਦਾ ਕੇਸ ਨਹੀਂ ਕੋਈ ਕਿਸੇ ਦਾ ਕ腐ਸ਼ਨ ਦਾ ਕੇਸ ਨਹੀਂ ਸੋ ਕੱਲ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਦਿਮਾਗ 'ਚ ਨੈਗੇਟਿਵਿਟੀ ਪਾਉਣ ਦੇ ਲਈ ਇਸ ਤਰ੍ਹਾਂ ਦੇ ਪ੍ਰੋਪਾਗੈਂਡੇ ਕੀਤੇ ਜਾ ਰਹੇ ਆ ਸਾਨੂੰ ਡਰਨ ਦੀ ਲੋੜ ਨਹੀਂ ਮੈਂ ਆਪਣੇ ਨੌਰਥ ਹਲਕਾ ਦੇ ਮਾਨਯੋਗ ਵੋਟਰਾਂ ਨੂੰ ਬੇਨਤੀ ਕਰਦਾ ਨਾ ਤੁਹਾਨੂੰ ਡਰਨ ਦੀ ਤੇ ਗਲਤ ਪਾਸੇ ਸੋਚਣ ਦੀ ਲੋੜ ਹੈ ਔਰ ਜਿੰਨਾ ਲੋਕਾਂ ਦੇ ਘਰਾਂ ਚ ਜਾ ਕੇ ਜਿੰਨਾ ਲੋਕਾਂ ਨੂੰ ਅਸੀਂ ਮਿਲ ਚੁਕੇ ਆ ਉਹ ਖੁਦ ਗਵਾਹੀ ਭਰਦੇ ਨੇ ਔਰ ਖੁਦ ਉਹਨਾਂ ਨੂੰ ਪਤਾ ਵੀ ਕੁਮਰ ਸਾਹਿਬ ਦੀ ਸ਼ਖਸੀਅਤ ਮਿਲਣ ਦੇ ਟਾਈਮ ਤੇ ਜਾਂ ਕੋਠੀ ਜਾਂ ਬਾਹਰ ਕਿਦਾਂ ਦੀ ਹੈ ਇਸ ਕਰਕੇ ਸਾਨੂੰ ਸਫਾਈ ਦੇਣ ਦੀ ਲੋੜ ਨਹੀਂ ਪਰ ਮੈਂ ਫਿਰ ਵੀ ਆਪਣੇ ਰਿਸਪੈਕਟਡ ਸ਼ੋਕ ਗੁਪਤਾ ਜੀ ਨੂੰ ਬੇਨਤੀ ਕਰਦਾ ਅੱਜ ਜੋੜ ਕੇ ਕਿ ਸੱਚ ਦੀ ਲੜਾਈ ਲੜੀਏ ਸਚਾਈ ਦਾ ਸਾਥ DIYੇ ਪਾਰਟੀਬਾਜੀ ਤੋਂ ਉੱਠ ਕੇ ਇਸ ਸ਼ਖਸ ਦਾ ਇਸ ਬੰਦੇ ਦਾ ਸਾਥ DIYੇ ਜਿਨੇ ਅੰਮ੍ਰਿਤਸਰ ਦੀ ਦਸ਼ਾ ਤੇ ਦਿਸ਼ਾ ਨੂੰ ਸੁਧਾਰਿਆ ਸੀ 2007 8 9 ਦੇ ਵਿੱਚ ਜਦੋਂ SSP ਸੀ ਆਪਾਂ ਮਾੜੇ ਚੰਗੇ ਅੰਸਰਾਂ ਦੇ ਮਗਰ ਲੱਗ ਕੇ ਆਪਣਾ ਏਜ ਇਫੈਕਟ ਵੀ ਸ਼ੋਗ ਗੁਪਤਾ ਜੀ ਮੇਰੇ ਰਿਸਪੈਕਟਡ ਬਜ਼ੁਰਗ ਜੀ ਤੁਸੀਂ ਦੇਖੋ ਕੀ ਆਪਾਂ ਇਹੋ ਜੀਆਂ ਵੀਡੀਓ ਪਾਉਂਦੇ ਚੰਗੇ ਨਹੀਂ ਲੱਗਦੇ ਇਹਨਾਂ ਲੀਡਰਾਂ ਦੇ ਮਗਰ ਨਾ ਲੱਗੀਏ ਇੱਕ ਅੱਛੇ ਇਨਸਾਨ ਦਾ ਸਾਥ ਦੇ ਕੇ ਅੱਛੇ ਇਨਸਾਨ ਦੇ ਮਗਰ ਲੱਗੀਏ ਔਰ ਸੱਚਾਈ ਲੋਕਾਂ ਨੂੰ ਲਿਆ ਕੇ ਦਈਏ ਨਾ ਕਿ ਲੋਕਾਂ ਨੂੰ ਗੁੰਮਰਾਹ ਕਰੀਏ ਠੀਕ ਆ ਸ਼ੋਕ ਗੁਪਤਾ ਦੀ ਗੱਲ ਹੈਗੀ ਇੱਕ ਹੋਰ ਵਾਇਰਲ ਵੀਡੀਓ ਚੱਲ ਰਹੀ ਹੈ ਜਿੱਥੇ ਪ੍ਰਵਾਸੀ ਭਾਈਚਾਰੇ ਵੱਲੋਂ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਤਕਰੀਬਨ ਵਾਇਰਲ ਹੋ ਚੁੱਕੀ ਹੈ ਅੰਮ੍ਰਿਤਸਰ ਪੇਜ ਨੇ ਵੀ ਉਹ ਵਾਇਰਲ ਵੀਡੀਓ ਚਰਾਈ ਹੈ ਉਥੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਲੋਕ ਹੈ ਉਹਨਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਉਹਨਾਂ ਨੂੰ ਇੱਜ਼ਤ ਨਹੀਂ ਮਿਲ ਰਹੀ ਅੱਜ ਇਲੈਕਸ਼ਨ ਆਏ ਤੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਦੇਖੋ ਤੁਸੀਂ ਨਾ 1 ਮਿੰਟ ਲਈ ਸਾਹਬ ਦੇ ਦਫ਼ਤਰ ਜਾ ਕੇ ਆਪਣਾ ਕੈਮਰਾ ਘਮਾਓ ਜਾਂ ਜਦੋਂ ਮਰਜ਼ੀ ਬਿਨਾਂ ਦੱਸੇ ਆਜੋ ਜਦੋਂ ਮਰਜ਼ੀ ਬਿਨਾਂ ਦੱਸੇ ਆਜੋ ਤੇ ਆ ਕੇ ਦੇਖੋ ਇੱਥੇ ਪ੍ਰਵਾਸੀ ਬੰਦੇ ਮਿਲਣ ਕਿੰਨੂ ਕਿੰਨੇ ਆਉਂਦੇ ਆ ਔਰ ਦੂਜੀ ਗੱਲ ਇਹ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀ ਆ ਪਰ ਮੈਂ ਇੱਕ ਗੱਲ ਕਹਿਣਾ ਵਿਰੋਧੀਆਂ ਨੂੰ ਵੀ ਕਹਿਣਾ ਵੀ ਕੰਨ ਖੋਣ ਕੇ ਸੁਣ ਲੋ ਵੀ ਜਦੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਵੀ ਆਰ ਇੰਡੀਅਨ ਕਿ ਉਹ ਬੰਦਾ ਬੋਲੇਗਾ ਤੇ ਉਹ ਕੀ ਕਹੇਗਾ ਵੀ ਆਈ ਏਮ ਫਰਮ ਯੂਪੀ ਉਹ ਵੀ ਇੰਡੀਅਨ ਕਹੇਗਾ ਮੈਂ ਅਮਰਸਰ ਦਾ ਵਾਂ ਮੈਂ ਵੀ ਕਹੂੰਗਾ ਆਈ ਏਮ ਇੰਡੀਅਨ ਮੈਂ ਭਾਰਤੀ ਆ ਸਾਡੀ ਟੀਮ ਲੜਨ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਇਹ ਨਾ ਨਾ ਸੰਬੋਧਨ ਨਹੀਂ ਕੀਤਾ ਜਾਂਦਾ ਹੀ ਇਸ ਫਰੋਮ ਦਿੱਲੀ ਹੀ ਇਸ ਫਰੋਮ ਫਲਾਣਾ ਕਹਿੰਦੇ ਵੀ ਇੰਡੀਆ ਟੀਮ ਆਈ ਸੋ ਵੀ ਆਲ ਆਰ ਇੰਡੀਅਨ ਇਥੇ ਪ੍ਰਵਾਸੀ ਕੋਈ ਨਹੀਂ ਤੇ ਜੇ ਪ੍ਰਵਾਸੀ ਦੀ ਡੈਫੀਨੇਸ਼ਨ ਕਹੋ ਤੇ ਮੈਂ ਦੱਸ ਦੇਣਾ ਅਸੀਂ ਸਾਰਾ ਸੰਸਾਰ ਹੀ ਪ੍ਰਵਾਸੀ ਹੈ ਅਸਲੀ ਘਰ ਤੇ ਉਹ ਉੱਤੇ ਆ ਜਿੱਥੇ ਸਭ ਨੇ ਚਲੇ ਜਾਣਾ ਇੱਥੇ ਤਾਂ ਹੀ ਭ੍ਰਮਣ ਕਰਨ ਆਏ ਆ ਭ੍ਰਮਣ ਕਰਕੇ ਚਲੇ ਜਾਵਾਂਗੇ ਐਸ ਵਾਲੇ ਘਰ 'ਚ ਕਿਉਂ ਦੋਸ਼ ਲੱਗ ਰਹੇ ਨੇ ਕਿ ਜੇ ਕੋਈ ਗਰੀਬ ਤਤ ਤੱਕੇ ਤੋਂ ਆ ਜੇ ਕੋਈ ਛੋਟੇ ਇਲਾਕੇ 'ਚ ਰਹਿੰਦਾ ਉਹਦੇ ਨਾਲ ਕਿਉਂ ਭੇਜ ਬਾ ਹਜੇ ਤਾਂ ਇਲੈਕਸ਼ਨ ਜਿੱਤੇ ਨਹੀਂ ਇਲੈਕਸ਼ਨ ਹੋਈ ਨਹੀਂ VOTING ਹੋਈ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਬਾਰ-ਬਾਰ ਵੀਡੀਓ ਆ ਰਹੀਆਂ ਕਿਉਂ ਲੋਕ ਜਿਹੜਾ ਕੁਰਵੀਜੇ ਪ੍ਰਤਾਪ ਨੂੰ ਸਵਾਲਾਂ ਦੇ ਘਰੇ ਚ ਲੈ ਰਹੇ ਨੇ ਦੇਖੋ ਮੈਂ ਤੁਹਾਨੂੰ ਇਹਦਾ ਪਹਿਲਾ ਜਵਾਬ ਦਿੰਦਾ ਕਿ ਕੁਮਰ ਸਾਹਿਬ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਐਲੀਕੇਸ਼ਨ ਕੋਈ ਇਲਜ਼ਾਮ ਨਹੀਂ ਵਿਰੋਧੀ ਆਪਣੇ ਬੰਦਿਆਂ ਨੂੰ ਖਿਲਾਰ ਕੇ ਇਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਜਰਾ ਪਿੱਛੋਂ ਪਸ਼ੋਕੜ ਚੈੱਕ ਕਰਾਓ ਇਹਨੂੰ ਕਾਂਗਰਸ ਪਾਰਟੀ ਦੇ ਬੰਦੇ ਅਦਿੱਤਿਆ ਦੱਤੀ ਜੀ ਸੁਨੀਲ ਦੱਤੀ ਜੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰਕ ਸਾਥੀ ਇਹ ਵਾਇਰਲ ਕਰ ਰਹੇ ਨੇ ਮਤਲਬ ਮੋਰਲ ਆਫ ਦਾ ਸਟੋਰੀ ਮੈਂ ਤੁਹਾਨੂੰ ਇਹੋ ਦੱਸ ਰਿਹਾ ਕਿ ਇਹਨਾਂ ਦੇ ਖਿਲਾਫ 네ਗੇਟਿਵਿਟੀ ਫਲਾਉਣ ਦੇ ਲਈ ਇਹੋ ਅਤਕੰਡਾ ਬਣਾਇਆ ਹੈ ਇਹ ਆਪਣੇ ਮੇਨ ਖਾਸ ਬੰਦੇ ਫੜ ਲਓ ਉਹਨਾਂ ਦੇ ਰਾਈਂ ਬੁਲਵਾ ਦਿਓ ਤਾਂ ਕਿ ਲੋਕ ਇਹ ਸੋਚਣ ਕਿ ਵਾਕੇ ਯਾਰ ਇਹ ਇਸ ਤਰ੍ਹਾਂ ਕਰਦੇ ਹੋਣਗੇ ਲੇਕਿਨ ਤੁਸੀਂ ਇੱਕ ਵਾਰ ਜਾ ਕੇ ਇਹਨਾਂ ਦੇ ਦਫਤਰ 'ਚ ਨਿਗਾਹ ਮਾਰੋ ਤੁਹਾਨੂੰ ਆਪੇ ਦਿਸ ਪਏਗਾ ਵੀ ਇੱਥੇ ਮਾੜਾ ਬੰਦਾ ਕਿਹੜਾ ਤੇ ਤਗੜਾ ਬੰਦਾ ਕਿਹੜਾ ਤਗੜੇ ਕਿੰਨੇ ਆ ਤੇ ਮਾੜੇ ਕਿੰਨੇ ਆ ਇੱਥੇ ਹਰ ਬੰਦੇ ਨੂੰ ਬਰਾਬਰ ਸਨਮਾਨ ਹੈ ਤਗੜੇ ਲਈ ਕੁਰਸੀ ਤੇ ਮਾੜੇ ਲਈ ਚਟਾਈ ਨਹੀਂ ਹੈ ਜਿੱਥੇ ਤਗੜਾ ਬੈਠਾ ਉੱਥੇ ਹੀ ਮਾੜਾ ਬੈਠਾ ਇਸ ਕਰਕੇ ਸਭ ਨੂੰ ਇੱਕ ਅੱਖ ਨਾਲ ਵੇਖਿਆ ਜਾਂਦਾ ਜੇ ਸਿਸਟਮ ਨੂੰ ਸੁਧਾਰਨ ਨਿਕਲੇ ਆ ਨਾ ਸਵਾ 2 ਲੱਖ ਤਨਖਾਹ ਛੱਡ ਕੇ ਤੇ ਕਿਸੇ ਸੋਚ ਨਾਲ ਨਿਕਲੇ ਆ ਇਹ ਭੇਦਭਾਵ ਕਰਨ ਵਾਸਤੇ ਨਹੀਂ ਨਿਕਲੇ ਭੇਦਭਾਵ ਕਰਨਾ ਹੁੰਦਾ ਤੇ ਮਠਾੜ ਦੀ ਕੁਰਸੀ ਚੰਗੀ ਸੀ ਉੱਥੇ ਰਹਿਮਾਨ ਨਾ ਬੈੰਦੇ ਕੰਮ ਕਿਹੜਾ ਕੀਤਾ ਕਿਹੜਾ ਨਹੀਂ ਕੀਤਾ ਕਿਸ ਨੂੰ ਇਨਵੈਸਟੀਗੇਸ਼ਨ ਦੇਣ ਦੀ ਇਸ ਟਾਈਮ ਜੋ ਇਹ ਕਰ ਰਹੇ ਆ ਗਲੀ ਗਲੀ ਮਹੱਲੇ ਮਹੱਲੇ ਬਾਜ਼ਾਰ ਬਾਜ਼ਾਰ ਜਾ ਕੇ ਲੋਕਾਂ ਨੂੰ ਮਿਲ ਰਹੇ ਆ ਮੁਸ਼ਕਲ ਪੁੱਛ ਰਹੇ ਆ ਆਪਣਾ ਵਿਜ਼ਨ ਦੱਸ ਰਹੇ ਆ ਤੇ ਜਿੱਥੇ ਆਪਾਂ ਜਾਣੇ ਆ ਉੱਥੇ ਹਰ ਤਰ੍ਹਾਂ ਦੇ ਲੋਕ ਜੱਫੀ ਪਾ ਕੇ ਵੀ ਮਿਲਦੇ ਆ ਮੱਥਾ ਵੀ ਚੁੰਮਦੇ ਆ ਜੇ ਇਦਾਂ ਦੇ ਭੇਦਭਾਵ ਦੀ ਭਾਵਨਾ ਹੁੰਦੀ ਤੇ ਰਾਜਨੀਤੀ ਚ ਇਹਨਾਂ ਨੂੰ ਆਉਣ ਦੀ ਲੋੜ ਹੀ ਨਹੀਂ ਰਾਜਨੀਤੀ ਦੀ ਦਸ਼ਾ ਸੁਧਾਰਨ ਵਾਸਤੇ ਇਹ ਭੇਦਭਾਵ ਦੂਰ ਕਰਨ ਵਾਸਤੇ ਆਏ ਆ ਜੋ ਲੀਡਰ ਅਜ ਤੱਕ ਕਰਦੇ ਆ ਐ ਸੋ ਮੇਰੇ ਵੀਰ ਜੀ ਤੁਹਾਨੂੰ ਵੀ ਬੇਨਤੀ ਹੈ ਕਿ ਇਹੋ ਜੇ 네ਗੇਟਿਵ ਲੋਕਾਂ ਦੇ ਕੋਲ ਜਾਣ ਨਾਲੋਂ ਪੋਜ਼ਿਟਿਵ ਲੋਕਾਂ ਦੇ ਕੋਲ ਆਓ ਉਹਨਾਂ ਦੇ ਪੋਜ਼ਿਟਿਵ ਵਿਊ ਲਵੋ ਕਿ ਜਿਹੜੇ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਜਾਣਾ ਚਾਹੁੰਦੇ ਨੇ ਉਹ ਸੁਣੋ ਤਾਂ ਕਿ ਲੋਕਾਂ ਤੱਕ ਪਹੁੰਚੇ ਕਿ ਸਾਡਾ ਪੰਜਾਬ ਐਦਾਂ ਦਾ ਬਣ ਸਕਦਾ ਪਰ ਤੁਸੀਂ ਕਹਿੰਦੇ ਹੋ ਪੋਸਟ ਅਸੀਂ ਹਰ ਕਿਸੇ ਦੀ ਸੁਣਦੇ ਹਰ ਕਿਸੇ ਦੀ ਗੱਲ ਕਰਦੇ ਆ ਪਰ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਨੇ ਵੋਟ ਪਾਣੀ ਹੈ ਕਿ ਲੋਕ ਵੋਟ ਪਾਣਗੇ ਫੇਰੀ ਜਿਹੜੀ ਇਹ ਕੁਰਸੀਆਂ ਮਿਲਦੀਆਂ ਪਰ ਅਮਰੀਕ ਸਰ ਪੇਜ ਤੇ ਅਸੀਂ ਲਗਾਤਾਰ ਹਰ ਅਪਡੇਟ ਦੇ ਰਹੇ ਆ ਲਗਾਤਾਰ ਅਮਰੀਕ ਸਰ ਦਾ ਜੇ ਗੱਲ ਕੀਤੀ ਜਾਏ ਨੌਰਥ ਹਲਕੇ ਦਾ ਇਲੈਕਸ਼ਨ ਵੀ ਪੱਕ ਚੁੱਕਾ ਹੈ ਵਾਇਰਲ ਵੀਡੀਓਆਂ ਦੀ ਗੱਲ ਹੁੰਦੀ ਹੈ ਜਵਾਬ ਦਿੱਤਾ ਜਾਂਦਾ ਕਿ ਭਾਜਪਾ ਅਕਾਲੀ ਦਲ ਮਿਲ ਕੇ ਕਰ ਰਿਹਾ ਹੈ ਕਾਂਗਰਸ ਦਾ ਨਾਮ ਆਇਆ ਜਾ ਰਿਹਾ ਪਰ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਲੋਕ ਸਾਨੂੰ ਪਿਆਰ ਕਰਦੇ ਆ ਲੋਕ ਪਿਆਰ ਕਰਦੇ ਆ ਕਿ ਨਹੀਂ ਕਰਦੇ ਆ ਤੇ ਆਣ ਵਾਲਾ ਸਮਾਂ ਦੱਸੇਗਾ ਕਿਉਂ ਕਿ 20 ਤਰੀਕ ਨੂੰ ਇਲੈਕਸ਼ਨ ਹੈ ਔਰ ਇਲੈਕਸ਼ਨ ਵਾਲੇ ਦਿਨ ਲੋਕ ਕਿਨੂੰ ਵੋਟ ਪਾਣਗੇ ਦੇਖਣ ਵਾਲੀ ਗੱਲ ਹੈ ਕਿ ਤਦ ਤੱਕ ਮੈਂ ਰਵੀ ਖੰਨਾ ਅੰਮ੍ਰਿਤਸਰ ਪੀਨ ਨਿਊਜ਼